ਸਤੰਬਰ ਨੂੰ ਆਈਪੀਐਲ ਦੇ ਮੈਚ ਸ਼ੁਰੂ ਹੋਣ ਵਾਲੇ ਨੇ ਜਿਸ ਦੇ ਲਈ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਤਸ਼ਾਹ ਪਾਇਆ ਜਾ ਰਿਹਾ ਪਰ ਇਸ ਵੇਲੇ ਸੀ ਜਿਸ ਥਾਂ ਤੇ ਮੌਜੂਦ ਆ ਜਿਸ ਵਰਕਸ਼ਾਪ ਦੇ ਮੌਕੇ ਤੇ ਮੌਜੂਦ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆਈਪੀਐਲ ਦੇ ਜਿਹੜੇ ਹੈਲਮੇਟਸ ਨੇ ਜਿਹੜੇ ਪਲੇਅਰਸ ਨੇ ਜਾਂ ਬੈਟਸਮੈਨ ਨੇ ਹੈਲਮੇਟਸ ਯੂਜ਼ ਕਰਨੇ ਨੇ ਉਹ ਸਾਰੇ ਹੈਲਮੇਟਸ ਇਸ ਵਰਕਸ਼ਾਪ ਦੇ ਵਿੱਚੋਂ ਬਣ ਕੇ ਗਏ ਨੇ ਜਿਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸਨਰਾਈਜ਼ਰਸ ਹਾਈਦਰਾਬਾਦ ਕੇਕੇਆਰ ਦਿੱਲੀ ਕੈਪੀਟਲਸ ਕਿੰਗਸ 11 ਪੰਜਾਬ ਰਾਇਲ ਚੈਲੈਂਜਰਸ ਬੈਂਗਲੌਰ ਰਾਜਸਥਾਨ ਰਾਇਲਸ ਚੇਨਈ ਸੁਪਰ ਕਿੰਗਸ ਮੁੰਬਈ ਇੰਡੀਅਨਜ਼ ਜਿੰਨੀਆਂ ਵੀ ਟੀਮਸ ਨੇ ਇਹਨਾਂ ਸਾਰਿਆਂ ਦੇ ਜਿਹੜੇ ਹੈਲਮੇਟਸ ਨੇ ਉਹ ਇਸ ਵਰਕਸ਼ਾਪ ਦੇ ਵਿੱਚੋਂ ਬਣ ਕੇ ਗਏ ਨੇ ਤੇ ਇਹ ਵਰਕਸ਼ਾਪ ਕੌਣ ਚਲਾ ਰਹੇ ਨੇ ਤੇ ਕਿਸ ਤਰੀਕੇ ਦੇ ਇਸ ਵਾਰੀ ਇਸ ਹੈਲਮੇਟ ਦੇ ਵਿੱਚ ਮਟੀਰੀਅਲ ਯੂਜ਼ ਕੀਤੇ ਗਏ ਨੇ ਇਸ ਬਾਰੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਰਾਗਵ ਕੋਲੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੋਲੀ ਸਾਹਿਬ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਹ ਜਿਹੜੇ ਹੈਲਮੇਟਸ ਤੁਸੀਂ ਬਣਾਏ ਨੇ ਇਹ ਹੈਲਮੇਟਸ ਦੇ ਵਿੱਚ ਕੀ ਇਦਾਂ ਦੀ ਖਾਸੀਅਤ ਹੈ ਜੋ ਕਿ ਇਸ ਵਾਰੀ ਕੋਰੋਨਾ ਵਾਇਰਸ ਤੋਂ ਵੀ ਥੋੜਾ ਵਿਚਾਰ ਰੱਖੇਗਾ ਪਲੱਸ ਜਿਹੜਾ ਪਲੇਅਰਸ ਦੇ ਲਈ ਜਿਹੜੀ ਪ੍ਰੋਪਰ ਸੇਫਟੀ ਕਰੇਗਾ ਭਾਜੀ ਕਰੋਨਾ ਵਾਇਰਸ ਤੋਂ ਤਾਂ ਬਚਾ ਨਹੀਂ ਰੱਖੇਗਾ ਹੈਲਮਟ ਇਦਾਂ ਦਾ ਕੁਝ ਨਹੀਂ ਹੈਗਾ ਪਰ ਹੈਲਮਟ ਬਹੁਤ ਜ਼ਿਆਦਾ ਲਾਈਟ weight ਹੈ ਸਭ ਤੋਂ ਲਾਈਟੈਸਟ ਹੈਲਮਟ ਹੈ ਦੁਨੀਆ ਦਾ ਜਿਹੜਾ ICC ਨੇ ਅਪਰੂਵ ਕੀਤਾ 80% ਪਲੇਅਰਸ IPL ਚ ਇਹ ਵਾਲਾ ਹੈਲਮਟ ਪਾਣਾ ਪ੍ਰੇਫਰ ਕਰਦੇ ਆ ਬਿਕੋਜ਼ ਆਫ ਇਟਸ ਲਾਈਟ weight ਐਂਡ ਪ੍ਰੋਟੈਕਸ਼ਨ ਤੇ ਯੂਜੂਲੀ ਵੀ ਸੈਂਡ ਅਸੀਂ ਦੋ ਹੈਲਮਟ ਪਰ ਪਲੇਅਰ ਭੇਜੀਦੇ ਆ ਕਿਉਂਕਿ ਇੱਕ ਨਵਾਂ ਰੂਲ ਹੈ ਕਿ ਇੱਕ ਵਾਰ ਬਾਲ ਲੱਗ ਗਈ ਤੇ ਉਹ ਵਾਲਾ ਹੈਲਮਟ ਦੁਬਾਰਾ ਪਲੇਅਰ ਯੂਜ਼ ਨਹੀਂ ਕਰ ਸਕਦਾ ਤੇ ਇਸ ਕਰਕੇ ਇਸ ਵਾਰੀ ਸਪੈਸ਼ਲੀ ਆਈਪੀਐਲ ਟੀਮਸ ਨੇ ਦੋ ਹੈਲਮਟਸ ਡਿਮਾਂਡ ਕੀਤੇ ਹੈ ਪਰ ਪਲੇਅਰ ਤੇ ਜੇਕਰ ਗੱਲ ਕਰੀਏ ਸੁਣਨਾ ਚਾਹੀਏ ਕਿ ਇਸ ਵਾਰੀ ਜਿਹੜੇ ਹੈਲਮਟਸ ਤੁਸੀਂ ਆਈਪੀਐਲ ਪਲੇਅਰਸ ਨੂੰ ਦਿੱਤੇ ਉਹਨਾਂ ਨੇ ਕੋਈ ਫ੍ਰੈਂਚ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਉਹ ਕੀ ਟੈਕਨੋਲੋਜੀ ਹੈ ਲੇਟੈਸਟ ਟੈਕਨੋਲੋਜੀ ਹੈ ਜੇ ਤੁਸੀਂ ਦੇਖ ਰਹੇ ਹੋ ਗ੍ਰੀਨ ਪਾਰਟ ਥਿਸ ਇਜ਼ ਫ੍ਰਮ ਫ੍ਰਾਂਸ ਬੇਸਿਕਲੀ 에어로ਸਪੇਸ ਯੂਜ਼ ਹੁੰਦੀ ਸੀ ਤੇ ਹੁਣ ASCII ਨੂੰ ਹੈਲਮਟਸ ਇੰਪਲੀਮੈਂਟ ਕੀਤਾ ਇਹਦੇ ਨਾਲ ਦੁਬਈ ਚ ਜਿਹੜੀ ਹੀਟ ਹੈ ਜਾਂ ਹਿਊਮਿਡਿਟੀ ਹੈ ਥਿਸ ਵਿਲ ਕੀਪ ਪਲੇਅਰਸ ਕੁਆਇਟ ਕੂਲ ਮਤਲਬ ਸਰਦੇ ਸਰਦੇ ਤੇ ਗਰਮੀ ਲੱਗੇਗੀ ਆ ਪਸੀਨਾ ਨਹੀਂ ਆਏਗਾ ਪਸੀਨਾ ਬਹੁਤ ਘਟ ਆਏਗਾ ਇਹ ਹੈਲਮਟ ਬਹੁਤ ਜ਼ਿਆਦਾ ਬਰੀਦੀਬਲ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਸੇਫ ਜੇਕਰ ਗੱਲ ਕੀਤੀ ਜਾਵੇ ਕੋਈ ਕਈ ਵਾਰੀ ਕੀ ਹੁੰਦਾ ਹਰ ਪਲੇਅਰ ਦੀ ਆਪਣੀ ਜਿਹੜੀ ਹੈ ਕਈ ਚੁਆਇਸ ਹੁੰਦੀ ਹੈ ਕੋਈ ਪਲੇਅਰ ਕਹਿੰਦਾ ਕਿ ਮੈਨੂੰ ਪਾਰਟਿਕੂਲਰਲੀ ਇਸ ਸਾਈਜ਼ ਦਾ ਹੈਲਮਟ ਚਾਹੀਦਾ ਹੈ ਜਿਹੜੇ ਦੇ ਪਲੇਅਰਸ ਤੜ ਕੋ ਜਿੱਦਾਂ ਜਿੱਦਾਂ ਰਿਕੁਆਇਰਮੈਂਟ ਆਉਂਦੀ ਹੈ ਕੀ ਉਹਨਾਂ ਦੀ ਸਾਈਜ਼ ਰਿਕੁਆਇਰਮੈਂਟ ਇੱਦਾਂ ਕੋਈ ਇਦਾਂ ਪਲੇਅਰ ਹੁੰਦਾ ਜਿਹੜਾ ਤੁਹਾਨੂੰ ਆਪਣੀ ਪਰਸਨਲ ਰਿਕੁਆਇਰਮੈਂਟ ਵੀ ਦਿੰਦੇ ਹੈ ਜੀ ਬਿਲਕੁਲ ਹੁੰਦਾ ਜਿੱਦਾਂ ਵਿਰਾਟ ਕੋਹਲੀ ਹੈ ਉਹਨੂੰ ਇਹ ਜਿਹੜੀ ਵਾਈਜ਼ਰ ਹੈ ਬਹੁਤ ਜ਼ਿਆਦਾ ਸ਼ਾਈਨੀ ਚਾਹੀਦੀ ਹੁੰਦੀ ਹੈ ਉਹਦੀ ਇੱਕ ਸਪੈਸੀਫਿਕ ਰਿਕੁਆਇਰਮੈਂਟ ਹੈ ਕਿ ਮੈਨੂੰ ਵਾਈਜ਼ਰ ਬਹੁਤ ਸ਼ਾਈਨੀ ਕਰਕੇ ਭੇਜਿਓ ਉਹ ਉਹਨੂੰ ਪਿੱਛੇ ਐਡਜਸਟਰ ਨਹੀਂ ਚਾਹੀਦਾ ਉਹਨੂੰ ਕੁਝ ਹੋਰ ਕੋਈ ਸਿਸਟਮ ਚਾਹੀਦਾ ਉਹਨੂੰ ਪੈਡਿੰਗ ਜ਼ਿਆਦਾ ਚਾਹੀਦੀ ਹੈ ਘੱਟ ਚਾਹੀਦੀ ਹੈ ਅਸੀਂ ਹਰ ਇੱਕ ਲਈ ਕਸਟਮਾਈਜ਼ ਨਹੀਂ ਕਰਦੇ ਪਰ ਜਿਹੜੇ ਵਧੀਆ ਪਲੇਅਰ ਹੈ ਮੈਂ ਡਾਇਰੈਕਟਲੀ ਹਰ ਪਲੇਅਰ ਨਾਲ ਇਨ ਟੱਚ ਆ ਉਹਨਾਂ ਦੀ ਅਸੀਂ ਸਪੈਸ਼ਲ ਡਿਮਾਂਡਸ ਨੂੰ ਮੇਕ ਸ਼ੂਰ ਕਰਦੇ ਹਾਂ ਕਿ ਉਹਨਾਂ ਦੇ ਹਿਸਾਬ ਨਾਲ ਬਣਾਇਆ ਜਾਵੇ ਕਿਉਂਕਿ ਇਹਨੇ ਸਾਲਾਂ ਤੋਂ ਯੂਜ਼ ਕਰ ਰਹੇ ਆ ਯੂ نو ਦੇ ਆਰ ਯੂਜ਼ ਟੂ ਇਟ ਕੀ ਸਾਨੂੰ ਕਿਦਾਂ ਦੀ ਫਿਟਿੰਗ ਚਾਹੀਦੀ ਹੈ ਸਾਨੂੰ ਕਿਦਾਂ ਦੀ ਵਾਈਜ਼ਰ ਚਾਹੀਦੀ ਹੈ ਸਾਈਜ਼ ਛੋਟਾ ਵੱਡਾ ਕਰਨਾ ਪੈਂਦਾ ਸੋ ਕਸਟਮਾਈਜ਼ੇਸ਼ਨ ਜਲਦੀ ਰਹਿੰਦੀ ਹੈ ਕਦੇ ਇਦਾਂ ਵੀ ਹੋਇਆ ਕਿ ਕੁਝ ਪਲੇਅਰਸ ਤੁਹਾਡੇ ਕੋ ਇੱਥੇ ਆਏ ਹੋਣ ਜਾਂ ਤੁਸੀਂ ਕਿ ਜ਼ਿਆਦਾਤਰ ਉਹਨਾਂ ਕੋ ਜਾ ਕੇ ਉਹਨਾਂ ਦੀ ਕਸਟਮਾਈਜ਼ੇਸ਼ਨਸ ਨੂੰ ਨੋਟ ਕਰਦੇ ਹੋ ਮੇਰੀ ਫੈਕਟਰੀ ਤਾਂ ਕੋਈ ਪਲੇਅਰ ਨਹੀਂ ਆਇਆ ਮਨਦੀਪ ਭਾਜੀ ਵਗੈਰਾ ਮਨਦੀਪ ਸਿੰਘ ਜਿਹੜੇ ਪੰਜਾਬ ਵੱਲੋਂ ਖੇਡਦੇ ਆ ਉਹ ਆਉਂਦੇ ਰਹਿੰਦੇ ਆ ਜਾਂ ਪੰਜਾਬ ਦੇ ਪਲੇਅਰਸ ਆ ਜਾਂਦੇ ਆ ਪਰ ਇੰਡੀਆ ਦੇ ਵਿਰਾਟ ਵਗੈਰਾ ਨਹੀਂ ਆਏ ਪਰ ਮੈਂ ਉਹਨਾਂ ਨੂੰ ਅਰਾਊਂਡ ਦ ਵਰਲਡ ਸਾਲਚ ਇੱਕ ਦੋ ਵਾਰੀ ਮਿਲ ਲੈਣਾ ਹੁੰਨਾ ਫੀਡਬੈਕ ਲੈਣ ਲਈ ਜਾਂ ਉਹਨਾਂ ਨੂੰ ਕੋਈ ਹੋਰ ਚੀਜ਼ ਦੇਣੀ ਹੈ ਕਿੱਦਾਂ ਚੱਲ ਰਿਹਾ ਉਹਨਾਂ ਨੂੰ ਕੋਈ ਇੰਪਰੂਵਮੈਂਟ ਚਾਹੀਦੀ ਹੈ ਬਿਕੋਜ਼ ਵਟ ਏਵਰ ਵੀ ਡੂ ਅਸੀਂ ਉਹਨਾਂ ਦੇ ਫੀਡਬੈਕ ਨਾਲ ਹੀ ਬਣਾਉਨੇ ਆ ਜੇਕਰ ਗੱਲ ਕੀਤੀ ਜਾਵੇ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਆਈਪੀਐਲਸ ਨੇ ਇੰਡੀਆ ਦੇ ਵਿੱਚ ਨਾ ਹੋ ਗਏ ਦੁਬਈ ਦੇ ਵਿੱਚ ਹੋ ਰਹੇ ਨੇ ਹਾਲਾਂਕਿ ਜਿੱਦ ਨੂੰ ਸਦ ਹਾਈ ਟੈਂਪਰੇਚਰ ਵੀ ਰਹਿੰਦਾ ਕਿਉਂਕਿ ਉੱਥੇ ਟੈਂਪਰੇਚਰ ਥੋੜਾ ਜਿਆਦਾ ਰਹਿੰਦਾ ਆਮ ਤੌਰ 'ਤੇ 50 ਨਾਲੋਂ कोरोना वायरस ਦੇ ਮੱਦੇ ਨਜ਼ਰ ਰੱਖਦੇ ਹੋਏ ਐਤ ਕੀ ਇਸ ਹੈਲਮਟ ਦੇ ਵਿੱਚ ਕੀ ਕੁਝ ਇਦਾਂ ਇੰਪਲੀਮੈਂਟੇਸ਼ਨ ਕੀਤੀ ਗਈ ਜਿਹੜੀ ਕਿਤੇ ਨਾ ਕਿਤੇ ਜਰਮ ਫ੍ਰੀ ਰੱਖੇ ਪਾਜੀ ਇਦਾਂ ਦੀ ਓਨੈਸਟਲੀ ਕੋਈ ਇੰਪਲੀਮੈਂਟੇਸ਼ਨ ਨਹੀਂ ਕੀਤੀ ਬਟ ਆਈਪੀਐਲ ਟੀਮਸ ਨੇ ਦੋ ਹੈਲਮਟਸ ਜਾਂ ਤਿੰਨ ਹੈਲਮਟਸ ਪਰ ਪਲੇਅਰ ਐਸੇ ਕਰਕੇ ਲੈਂਦੇ ਆ ਕਿ ਕੋਈ ਵੀ ਪਲੇਅਰ ਇੱਕ ਦੂਜੇ ਦਾ ਹੈਲਮਟ ਯੂਜ਼ ਨਾ ਕਰੇ ਜਿਹਦੇ ਨਾਲ ਇਨਫੈਕਸ਼ਨ ਯੂ نو ਪਾਸ ਹੋਣ ਦਾ ਰਿਸਕ ਹੁੰਦਾ ਤੇ ਉਹਦੇ ਤੋਂ ਇਲਾਵਾ ਹੈਲਮੇਟਸ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਉਹਨਾਂ ਨੂੰ ਕਰੋਨਾ ਵਾਇਰਸ ਨਹੀਂ ਹੋ ਸਕਦਾ ਯੂ نو देयर इज ਨਾਥਿੰਗ ਲਾਈਕ 댓 ਓਕੇ ਤੇ ਐਦ ਕੀ ਜਦੋਂ ਤੁਸੀਂ ਕਿਹਾ ਕਿ 에어로 스페이스 ਦੇ ਵਿੱਚ ਜਿਹੜਾ ਮਟੀਰੀਅਲ ਇਸਤੇਮਾਲ ਕੀਤਾ ਜਾਂਦਾ ਹੈ ਉਹ ਤੁਸੀਂ ਫਰਾਂਸ ਤੋਂ ਸਪੈਸ਼ਲੀ ਮੰਗਾਇਆ ਕਿ ਇਹ ICC ਵਾਲਿਆਂ ਦੀ ਡਿਮਾਂਡ ਸੀ ਜਾਂ BCCI ਦੀ ਡਿਮਾਂਡ ਸੀ ਜਾਂ ਫਿਰ ਕਿਦਾਂ ICC ਦੀ ਡਿਮਾਂਡ ਸਿਰਫ ਇੰਨੀ ਹੁੰਦੀ ਹੈ ਕਿ ਜਿਹੜੇ ਉਹਨਾਂ ਦੇ ਸੇਫਟੀ ਸਟੈਂਡਰਡ ਹੈ ਬ੍ਰਿਟਿਸ਼ ਸੇਫਟੀ ਸਟੈਂਡਰਡਸ ਉਹਦੇ ਨਾਲ ਹੈਲਮਟ ਪਾਸ ਹੋਣਾ ਚਾਹੀਦਾ ਬਟ ਅਸੀਂ ਉਹਨੂੰ ਬੈਟਰ ਕਰਨਾ ਹਰ ਸਾਲ ਅਸੀਂ ਆਰ ਐਂਡ ਡੀ ਕਰਨੀ ਹੈ ਇਨੋਵੇਸ਼ਨ ਕਰਨੀ ਹੈ ਉਹ ਸਾਡੀ ਰਿਸਪੌਂਸਿਬਿਲਟੀ ਹੈ ਤੇ ਅਸੀਂ ਟੈਕਨੋਲੋਜੀਜ਼ ਲੱਭਦੇ ਰਹਿਣੇ ਆ ਕਿ ਜਿਹੜੀ ਸਾਡੇ ক্রিকেট ਹੈਲਮਟ ਨਾਲ ਵਧੀਆ ਤਰੀਕੇ ਨਾਲ ਕੰਮ ਕਰ ਸਕਦੀ ਹੋਵੇ ਉਹਨਾਂ ਦੀ ਡਿਮਾਂਡ ਨਹੀਂ ਸੀਗੀ ਬਟ ਆਬਵੀਅਸਲੀ ਵੀ ਆਰ ਨੰਬਰ 1 ক্রিকেট ਹੈਲਮਟ ਬ੍ਰਾਂਡ ਤੇ ਇਟਸ ਆ ਰਿਸਪੌਂਸਿਬਿਲਟੀ ਟੂ ਮੇਕ ਸ਼ੋਰ ਏਵਰੀ ਇਅਰ ਵੀ ਡੂ ਸਮਥਿੰਗ ਨਿਊ ਫਾਰ ði ਪਲੇਅਰਸ ਟੂ ਕੀਪ ਥੈਮ ਸੇਫ ਐਂਡ ਹੈਪੀ ਤੇ ਕੋਈ ਐਸੀ ਕੋਈ ਚੀਜ਼ ਜਿੱਦਾਂ ਨਾਰਮਲ ਵੀ ਆਪਾਂ ਦੇਖਦੇ ਆ ਬਹੁਤ سارے ਲੋਕ ਆਮ ਆਮੂਮਨ ਤੌਰ ਤੇ ਵੀ ਹੈਲਮੇਟਸ ਯੂਜ਼ ਕਰਦੇ ਨੇ ਤੇ ਜਿਹੜੇ ਹੈਲਮੇਟਸ ਇਹਨਾਂ ਮੈਚਸ ਦੇ ਵਿੱਚ ਯੂਜ਼ ਹੁੰਦੇ ਨੇ ਕੀ ਉਹਨਾਂ ਦੇ ਵਿੱਚ ਕੋਈ ਡਿਫਰੈਂਸ ਹੁੰਦਾ ਹੈ ਕੀ ਉਹ ਲਗਭਗ ਸੇਮ ਹੀ ਡਿਫਰੈਂਸ ਸੇਮ ਹੀ ਹੁੰਦਾ ਬਹੁਤ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਜੀ ਇਹ ਬਹੁਤ ਸਪੈਸ਼ਲਾਈਜ਼ਡ ਹੈਲਮੇਟ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਟਾਈਟੇਨੀਅਮ ਵਾਈਜ਼ਰ ਯੂਜ਼ ਹੁੰਦੀ ਹੈ ਜਿਹੜੀ ਆਮ ਹੈਲਮੇਟਸ ਬਿਲਕੁਲ ਨਹੀਂ ਯੂਜ਼ ਹੁੰਦੀ ਦਿਸ ਇਜ਼ ਬੇਸਿਕਲੀ ਦ ਲਾਈਟੈਸਟ ਵੈਰੀ ਲਾਈਟ ਮੈਟਲ ਜਿਹੜਾ ਬਹੁਤ ਜ਼ਿਆਦਾ ਸਟਰੋਂਗ ਹੈ ਤੇ ਲ ਉਹ ਇੰਨੀ ਇੰਨੀ ਲੰਬੀ ਧੇਰ ਲਈ ਹੈਵੀ ਹੈਲਮਟ ਆਪਣੇ ਸਿਰ ਤੇ ਨਹੀਂ ਪਾ ਸਕਦੇ ਤੇ ਸਾਰਾ 725 ਗ੍ਰਾਮ ਦਾ ਹੈਲਮਟ ਹੈ ਤੇ ਬਾਕੀ ਇਹਦੀ ਜਿਹੜੀ ਸ਼ੈਲ ਹੈ ਹਰ ਮਟੀਰੀਅਲ ਇਹਦਾ ਬੈਸਟ ਹੈ ਤੇ ਲਾਈਟ ਵੇਟ ਹੈ which is the best thing about this helmet so this is not what you see normally in the market ਤੇ ਇਸ ਵਾਰੀ ਜਦੋਂ ਹੁਣ ਆਈਪੀਐਲ ਦੁਬਈ ਦੇ ਵਿੱਚ ਹੋ ਰਹੇ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇ ਤੁਹਾਨੂੰ ਕੀ ਲੱਗਦਾ ਹੈ ਕਿ ਆਈਪੀਐਲ ਦੇ ਵਿੱਚ ਜਦੋਂ ਹੁਣ ਅੱਜ ਦੀ ਦੁਬਈ 'ਚ ਹੋ ਰਹੇ ਨੇ ਇੰਡੀਆ 'ਚ ਨਹੀਂ ਹੋ ਰਹੇ ਕੀ ਆਈਪੀਐਲ ਦਾ ਕ੍ਰੇਜ਼ ਲੋਕਾਂ ਦੇ ਵਿੱਚ ਘਟਿਆ ਹੈ ਜਾਂ ਵਧਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਈਪੀਐਲ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਇਫੈਕਟ ਪਏਗਾ ਇਸ ਵਾਰੀ ਕੀ ਦੁਬਈ 'ਚ ਹੋਣ ਦੇ ਕਰਕੇ ਭਾਜੀ ਡੈਫੀਨੇਟਲੀ ਫਰਕ ਪਏਗਾ ਕਿਉਂਕਿ ਜੋ ਚਾਮ ਜਾਂ ਜੋ ਐਕਸਾਈਟਮੈਂਟ ਇੰਡੀਆ 'ਚ ਹੁੰਦੀ ਹੈ ਜਾਂ ਕਰਾਊਡ ਹੋਏ ਗਰਾਊਂਡ ਯੂ نو ਉਹਦਾ ਬਹੁਤ ਜ਼ਿਆਦਾ ਫਰਕ ਡਿਫਰੈਂਟ ਪੈਂਦਾ ਸਾਨੂੰ ਬਿਜ਼ਨਸ ਵੀ ਪ ਕੀ ਆਈਪਲ ਆਨ ਵਾਲਾ ਇਕਦਮ ਬੂਮ ਆਂਦਾ ਪਰ ਇਸ ਵਾਰੀ ਕੁਝ ਇਨਾ ਖਾਸ ਨਹੀਂ ਹੈਗਾ ਕਿਉਂਕਿ ਇੱਕ ਤਾਂ ਦੁਬਈ ਹੈ ਉਪਰੋਂ देयर विल बी नो क्राउड ਇਨ ਦਾ ਸਟੇਡੀਅਮਸ ਬਟ ਆਬਵੀਅਸਲੀ ਪੀਪਲ ਆਰ ਵੈਰੀ ਐਕਸਾਈਟਿਡ ਕਿਉਂਕਿ ਉਹਨਾਂ ਨੂੰ ਟੀਵੀ 'ਚ ਇੰਨੀ ਦੇਰ ਬਾਅਦ ਆਪਣੇ ਸਟਾਰਸ ਨੂੰ ਦੇਖਣ ਨੂੰ ਮਿਲੇਗਾ ਆਬਵੀਅਸਲੀ ਇੰਗਲੈਂਡ ਸੀਰੀਜ਼ ਚੱਲ ਰਹੀ ਹੈ ਬਟ ਇੰਗਲੈਂਡ ਆਸਟ੍ਰੇਲੀਆ ਇੰਗਲੈਂਡ ਪਾਕਿਸਤਾਨ ਇੰਗਲੈਂਡ ਵੈਸਟ ਇੰਡੀਜ਼ ਤੇ ਉਹ ਆਪਣਾ ਇੰਡੀਆ ਦਾ ਕਰਾਊਡ ਉਹਨਾਂ ਟੀਮਸ ਨਾਲ ਇਨਾ ਐਕਸਾਈਟਿਡ ਨਹੀਂ ਹੁੰਦਾ ਬਟ ਐਕਸਾਈਟਮੈਂਟ ਹੈਗੀ ਹੈ ਡੈਫੀਨੇਟਲੀ ਬਿਕੋਜ਼ ਦੇ ਵਿਲ ਹੈਵ ਸਮਥਿੰਗ ਟੂ ਵ ਬਟ ਉਸੇ ਸਵਾਲ ਨਾਲ ਜਿਹਨੇ ਯੂਸੂਅਲੀ ਹੁੰਦੀ ਹੈ ਬਹੁਤ ਬਹੁਤ ਤੁਹਾਨੂੰ ਰਾਗਵ ਜੀ ਤੁਸੀਂ ਆਪਣਾ ਕੀਮਤੀ ਸਮਾਂ ਸੰਦੇ ਤਾਂਕ ਥੈਂਕ ਯੂ ਵੈਰੀ ਮਚ ਨੋ ਪ੍ਰੋਬਲਮ ਥੈਂਕ ਯੂ ਥੈਂਕ ਯੂ ਸੋ ਇਸ ਸੰਸ ਹਨ ਰਾਗਵ ਕੋਹਲੀ ਜਿਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਐਦ ਕੀ ਨਵੀਂ ਟੈਕਨੋਲੋਜੀਜ਼ ਦੇ ਨਾਲ ਜਿਹੜੇ ਇਹ ਹੈਲਮੇਟਸ ਆਈਪੀਐਲ ਦੇ ਪਲੇਅਰਸ ਦੇ ਬਣਾਇਆ ਜਾ ਰਹੇ ਨੇ ਤੁਹਾਨੂੰ ਫਿਰ ਕੋਈ ਦਿਖਾ ਦੇਣਾ ਚਾਹੁੰਦਾ ਕਿ ਹਰ ਇੱਕ ਟੀਮ ਜਿਹੜੀ ਆਈਪੀਐਲ ਦੇ ਵਿੱਚ ਇਸ ਵਾਰੀ ਪਾਰਟਿਸਿਪੇਟ ਕਰ ਰਹੀ ਹੈ ਫਿਰ ਚਾਹੇ ਮੁੰਬਈ ਇੰਡੀਅਨਸ ਹੋਵੇ ਜਾਂ ਕਿੰਗਸ 11 ਪੰਜਾਬ ਹੋਵੇ ਚੇਨਈ ਸੁਪਰ ਕਿੰਗਸ ਹੋਵੇ ਰਾਜਸਥਾਨ ਰਾਇਲ केकेआर या दिल्ली कैपिटल्स कोई भी टीम है और सारे हेलमेट्स जेड़े ने वो जालंधर शहर ਦੇ ਵਿੱਚੋਂ ਬਣ ਕੇ ਜਾ ਰਹੇ ਨੇ ਤੇ ਸਪੈਸ਼ਲਾਈਜ਼ਡ ਜਿਹੜੀ ਟੈਕਨੋਲੋਜੀ ਹੈ 에어로ਸੋਲ ਟੈਕਨੋਲੋਜੀ ਜਿਹੜੀ ਕਿ ਨਾਰਮਲੀ 에어로 ਸਪੇਸ ਦੇ ਵਿੱਚ ਯੂਜ਼ ਹੁੰਦੀ ਹੈ ਉਹ ਸਾਰੀ ਟੈਕਨੋਲੋਜੀ ਦੇ ਨਾਲ ਨੇ हेलमेट्स ਬਣਾਏ ਗਏ ਨੇ ਤਾਂ ਕਿ ਜਿਹੜੇ ਪਲੇਅਰਸ ਨੇ ਉਹ ਗਰਮੀ ਦੇ ਵਿੱਚ ਵੀ ਉਹਨਾਂ ਦੇ ਉਹਨਾਂ ਨੂੰ ਗਰਮੀ ਨਾ ਜ਼ਿਆਦਾ ਲੱਗ ਸਕੇ ਤੇ ਉਹ ਆਪਣੇ ਜਿਹੜੇ ਕੰਫਰਟੇਬਲੀ ਖੇលਦੇ ਰਹਿਣ ਤੇ ਲਾਈਟ ਵੇਟ ਹੋਣ ਕਰਕੇ ਉਹਨਾਂ ਨੂੰ ਭਾਰ ਵੀ ਜ਼ਿਆਦਾ ਸਿਰ ਤੇ ਮਹਿਸੂਸ ਨਹੀਂ ਹੋਏਗਾ ਕੈਮਰਾ ਪਰਸਨ ਗੁਲਸ਼ਨ ਦੇ ਨਾਲ ਮੈਂ 사인 ਨਰੂਲਾ ਦੇਨਿਕ ਸਰਵੇਰਾ ਟੀਵੀ ਜਲੰਧਰ 올 ਵਾਰਡ चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एन्ना छोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648 ਦੇਸ਼ ਤੋਂ ਨੀ ਆਦੀ ਹਰ ਵੱਟੀ ਖਬਰ ਤੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਜ਼